ਮੈਂ ਜ਼ਿੰਦਗੀ ਦਾ ਹਰ ਸਾਹ ਜਿਹੜਾ ਲੈ ਰਿਹਾ ਉਹ ਕਸ਼ਮੀਰ ਦੀ ਸਵੇਰ ਹੁੰਦੀ ਹੈ, ਕਸ਼ਮੀਰ ਦੀ ਸ਼ਾਮ ਹੁੰਦੀ ਹੈ। ਜਿੱਥੋਂ ਤੱਕ ਆਜ਼ਾਦੀ ਦਾ ਤਾਲੁਕ ਹੈ, ਸੰਨ 47 ਜੀ ਮੇਰੇ ਵੜਕੇ ਬਜ਼ੁਰਗ ਇੱਧਰ ਆਏ ਅਤੇ ਉਹਨਾਂ ਵਿੱਚੋਂ 13 ਅਫਰਾਦ ਸ਼ਹੀਦ ਹੋਏ ਅਤੇ ਸਾਨੂੰ ਆਜ਼ਾਦੀ ਮਿਲੀ। ਆਜ਼ਾਦੀ ਦੇ ਨਾਲ ਕੁਰਬਾਨੀ ਦੇਣੀ ਕੋਈ ਅਚਰਜ ਨਵੀਂ ਗੱਲ ਨਹੀਂ ਹੈ, ਲੇਕਿਨ ਅਸੀਂ ਇੰਨੀਆਂ ਕੁਰਬਾਨੀਆਂ ਦੇ ਚੁੱਕੇ ਹਾਂ। ਇਨਸ਼ਾਅੱਲਾ ਮੈਂ ਪੂਰਾ ਉਮੀਦ ਹਾਂ ਕਿ ਹੁਣ ਕਸ਼ਮੀਰ ਆਜ਼ਾਦ ਹੋਵੇਗਾ ਔਰ ਅਸੀਂ ਜਿਹੜੇ ਬਚਪਨ 70 ਸਾਲ ਉਮਰ ਹੋ ਗਈ ਹੈ ਅਤੇ ਇਨਸ਼ਾਅੱਲਾ ਤਾਲਾ ਮੈਂ ਜਿਹੜੀ ਜ਼ਿੰਦਗੀ ਦਾ ਆਖਰੀ ਸਾਹ ਲਵਾਂਗਾ ਉਦੋਂ ਕਸ਼ਮੀਰ ਆਜ਼ਾਦ ਹੋਵੇ।